ਕਿਸੇ ਵਿਦਿਆਰਥੀ ਨੇ ਆਪਣੇ ਵਿਦਵਾਨ ਅਧਿਆਪਕ ਨੂੰ ਪੁੱਛਿਆ, ਸਰ ਭਾਸ਼ਾ ਕੀ ਚੀਜ਼ ਹੈ? ਅਧਿਆਪਕ ਨੇ ਕਿਹਾ, ਭਾਸ਼ਾ ਚੀਜ਼ਾਂ ਦੇ ਨਾਮ ਰੱਖਣ ਦਾ ਹੀ ਨਾਮ ਹੈ। ਇਸ ਜਹਾਨ 'ਤੇ ਹਰੇਕ ਚੀਜ਼ ਦਾ ਕੋਈ ਨਾਮ ਹੈ, ਹਰੇਕ ਸ਼ਖਸ ਦਾ, ਹਰੇਕ ਸ਼ਹਿਰ ਦਾ, ਹਰੇਕ ਪਿੰਡ ਦਾ ਕੋਈ ਨਾਮ ਹੈ। ਪੰਜਾਬ ਦੇ ਇੱਕ ਪਿੰਡ ਦਾ ਨਾਮ ਹੈ ਹਸਨਪੁਰ। ਇਹ ਨਾਮ ਲੈਂਦਿਆਂ ਹੀ ਸਾਨੂੰ ਇੱਕ ਹੋਰ ਨਾਮ ਯਾਦ ਆ ਜਾਂਦਾ ਹੈ, ਇੰਦਰਜੀਤ। ਇੰਦਰਜੀਤ ਹਸਨਪੁਰੀ ਪੰਜਾਬੀ ਦਾ ਮਸ਼ਹੂਰ ਗੀਤਕਾਰ ਅਤੇ ਫਿਲਮਕਾਰ। ਉਹ ਅੱਜ ਕੱਲ੍ਹ ਹਸਨਪੁਰ ਨਹੀਂ ਵੱਸਦਾ, ਪਰ ਹਸਨਪੁਰ ਉਸਦੇ ਅੰਦਰ ਵੱਸਦਾ ਹੈ। ਉਸਦਾ ਕੋਈ ਗੀਤ ਉਸਦੇ ਪਿੰਡ ਦੇ ਨਾਮ ਬਿਨਾਂ ਮੁਕੰਮਲ ਨਹੀਂ ਹੁੰਦਾ। ਉਹ ਲਿਖਦਾ ਹੈ, ਹਸਨਪੁਰੀ ਤੇਰਾ ਨਹੀਂ ਬਣਾ ਨਾ ਦੇਵੇ ਗੀਤ ਕਿਤੇ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਦਾ। ਪਰ ਇੱਕ ਹੋਰ ਸ਼ਾਇਰ ਕਹਿੰਦਾ ਹੈ ਕਿ ਨੰਗੀ ਸ਼ਾਖ ਨੂੰ ਉਸਦੇ ਹੀ ਪੱਤਿਆਂ ਵਿੱਚ ਲੁਕੋ ਦੇਵੇ, ਇਹਨਾਂ ਕਣੀਆਂ ਨੂੰ ਕੋਈ ਕਾਸ਼ ਲਫਜ਼ਾਂ ਵਿੱਚ ਪਰੋ ਦੇਵੇ। ਸੋ ਆਓ ਸੁਣਦੇ ਹਾਂ ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਦੇ ਜਜ਼ਬਿਆਂ ਨੂੰ ਲਫਜ਼ਾਂ ਵਿੱਚ ਪਰੋਣ ਵਾਲੇ ਮਸ਼ਹੂਰ ਗੀਤਕਾਰ ਦਾ ਸਫ਼ਰ, ਉਸਦੀ ਆਪਣੀ ਜ਼ਬਾਨੀ। ਮੇਰਾ ਨਾਨਕਾ ਪਿੰਡ ਅਕਾਲਗੜ੍ਹ ਜ਼ਿਲ੍ਹਾ ਲੁਧਿਆਣੇ ਵਿੱਚ, ਜਿੱਥੇ ਮੇਰਾ ਜਨਮ ਹੋਇਆ, ਅਤੇ ਮੇਰਾ ਪਿੰਡ ਹਸਨਪੁਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਤੋਂ 13-14 ਕਿਲੋਮੀਟਰ ਦੇ ਫਾਸਲੇ 'ਤੇ ਹੈ। ਅਸੀਂ ਦਿੱਲੀ ਰਹਿੰਦੇ ਸਾਂ। ਮੇਰੇ ਪਿਤਾ ਜੀ ਠੇਕੇਦਾਰ ਸਨ। ਉਹ 1924 ਤੋਂ ਲੈ ਕੇ 1947 ਤੱਕ ਠੇਕੇਦਾਰੀ ਕਰਦੇ ਰਹੇ ਦਿੱਲੀ ਦੇ ਵਿੱਚ। ਸਰ ਸੋਭਾ ਸਿੰਘ, ਜਿਹੜੇ ਸਰਦਾਰ ਖੁਸ਼ਵੰਤ ਸਿੰਘ ਜੀ ਦੇ ਪਿਤਾ ਜੀ ਸਨ, ਉਹਨਾਂ ਦੇ ਅਸੀਂ ਠੇਕੇਦਾਰ ਸੀ। ਬਹੁਤ ਸਾਰੀਆਂ ਬਿਲਡਿੰਗਾਂ ਉਹਨਾਂ ਦੀਆਂ ਸਾਡੇ ਹੱਥਾਂ 'ਚ ਬਣੀਆਂ, ਅਤੇ ਮੈਂ 1947 ਤੱਕ ਉੱਥੇ ਆਪਣਾ ਵਿੱਦਿਆ ਪ੍ਰਾਪਤ ਕੀਤੀ। ਔਰ ਉਸ ਤੋਂ ਬਾਅਦ ਉਹ ਗੁਜ਼ਰ ਗਏ। ਉਹਨਾਂ ਦੇ ਗੁਜ਼ਰਨ ਤੋਂ ਬਾਅਦ ਅਸੀਂ ਇੱਕਦਮ ਅਰਸ਼ ਤੋਂ ਫਰਸ਼ 'ਤੇ ਆ ਡਿੱਗੇ, ਅਤੇ ਸਾਡਾ ਸਭ ਕੁਝ ਜਿਹੜਾ ਸੀਗਾ ਉਹ ਉੱਥੇ ਬਰਬਾਦ ਹੋ ਗਿਆ। ਅਸੀਂ ਮੁੜ ਕੇ ਆਪਣੇ ਪਿੰਡ ਹਸਨਪੁਰ ਆ ਗਏ, ਅਤੇ ਹਸਨਪੁਰ ਆ ਕੇ ਨਵਾਂ ਜੀਵਨ ਸ਼ੁਰੂ ਕੀਤਾ। ਗੀਤ ਲਿਖਣ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ। ਜਦੋਂ ਮੈਂ ਨੰਦ ਲਾਲ ਨੂਰਪੁਰੇ, ਫਿਰੋਜ਼ ਦਿਨ ਸ਼ਰਫ ਇਹਨਾਂ ਦੇ ਗੀਤ ਸਕਰੀਨ 'ਤੇ ਦੇਖਦਾ ਫਿਲਮਾਂ ਦੇ ਵਿੱਚ, ਤਾਂ ਮੇਰਾ ਜੀ ਕਰਦਾ ਵੀ ਕਦੇ ਮੈਂ ਵੀ ਗੀਤ ਲਿਖਾਂ, ਅਤੇ ਮੇਰਾ ਨਾਮ ਵੀ ਇਸ ਤਰ੍ਹਾਂ ਸਾਹਮਣੇ ਲਿਖਿਆ ਹੋਵੇ, ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਔਰ ਮੈਂ ਇਸ ਪਾਸੇ ਲੱਗਿਆ ਰਿਹਾ। ਕਰਦਿਆਂ ਤੋਂ ਝਿੜਕਾਂ ਵੀ ਖਾਧੀਆਂ, ਮਾਰ ਵੀ ਖਾਧੀ ਇੱਕ ਦੋ ਵਾਰੀ, ਲੇਕਿਨ ਇਹ ਮੈਂ ਛੱਡ ਨਾ ਸਕਿਆ। ਇਹ ਸ਼ੌਕ ਮੇਰਾ ਵੱਧਦਾ ਹੀ ਚਲਿਆ ਗਿਆ। ਇੱਕ ਮੈਨੂੰ ਪੇਂਟਿੰਗ ਦਾ ਔਰ ਇੱਕ ਮੈਨੂੰ ਇਹ ਗੀਤ ਲਿਖਣ ਦੇ ਦੋ ਸ਼ੌਕ ਸਨ। ਪੇਂਟਿੰਗ ਮੇਰੀ ਰੁਜ਼ਗਾਰ ਦਾ ਸਾਧਨ ਬਣਿਆ। ਮੈਂ ਲੁਧਿਆਣੇ ਆ ਕੇ ਦੁਕਾਨ ਪਾ ਲਈ, ਇੱਥੇ ਮੇਰਾ ਪੇਂਟਿੰਗ ਦਾ ਕੰਮ ਚੰਗਾ ਚੱਲਿਆ ਔਰ ਮੈਂ ਨਾਲ ਨਾਲ ਗੀਤ ਲਿਖਦਾ ਰਿਹਾ। ਮੇਰਾ ਗੀਤ ਇੱਕ ਬਹੁਤ ਨਾਮਵਰ ਆਪਣੇ ਜ਼ਮਾਨੇ ਦੇ ਗਵੱਈਏ ਸਨ, ਸ਼ਾਦੀ ਲਾਲ ਅਤੇ ਬਖਸ਼ੀਸ਼ ਸਿੰਘ ਬਖਸ਼ੀ ਐਂਡ ਪਾਰਟੀ। ਉਹਨਾਂ ਨੇ ਮੇਰਾ ਇਹ ਗੀਤ ਪਸੰਦ ਕਰਕੇ ਰੇਡੀਓ 'ਤੇ ਪਹਿਲੀ ਵਾਰ ਗਾਇਆ। ਇਹ ਮੇਰਾ ਖਿਆਲ ਹੈ 1952-53 ਦੀ ਗੱਲ ਹੈ। ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅਸੀਂ ਇਹ ਗੀਤ ਰੇਡੀਓ 'ਤੇ ਗਾ ਦਿਆਂਗੇ, ਪਰ ਅਸੀਂ ਇਹਦੇ ਵਿੱਚ ਤੇਰਾ ਨਾਂ ਨਹੀਂ ਲੈ ਸਕਦੇ, ਕਿਉਂਕਿ ਉੱਥੇ ਜਿਹੜੇ ਮਨਜ਼ੂਰਸ਼ੁਦਾ ਸ਼ਾਇਰ ਹੁੰਦੇ ਨੇ, ਅਪਰੂਵਡ ਪੋਇਟ ਹੁੰਦੇ ਨੇ, ਉਹਨਾਂ ਦੇ ਗੀਤ ਗਾਏ ਜਾ ਸਕਦੇ ਨੇ, ਅਸੀਂ ਲੋਕ ਗੀਤ ਕਹਿ ਕੇ ਗਾਵਾਂਗੇ। ਮੈਨੂੰ ਧੱਕਾ ਤਾਂ ਲੱਗਿਆ, ਪਰ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਇਹ ਤਾਂ ਪਤਾ ਲੱਗੇਗਾ ਕਿ ਮੈਂ ਗੀਤ ਲਿਖਣ ਦੇ ਕਾਬਲ ਹਾਂ, ਮੇਰੇ ਗੀਤ ਰੇਡੀਓ 'ਤੇ ਆ ਸਕਦੇ ਨੇ। ਉਹਨਾਂ ਨੇ ਉਹ ਗੀਤ ਗਾਇਆ। ਉਸ ਇੱਕੋ ਹੀ ਗੀਤ ਨੇ ਮੈਨੂੰ ਰਾਤੋਂ ਰਾਤ ਇੰਦਰਜੀਤ ਤੋਂ ਹਸਨਪੁਰੀ ਬਣਾ ਦਿੱਤਾ। ਉਹ ਇੰਨਾ ਪਾਪੂਲਰ ਹੋਇਆ, ਫਿਰ ਉਹਨਾਂ ਨੇ ਬਾਅਦ ਦੇ ਵਿੱਚ ਉਹ ਰਿਕਾਰਡ ਕਰਾ ਦਿੱਤਾ HMV ਦੇ ਵਿੱਚ। ਉਹਦੇ ਬੋਲ ਸਨ, ਸਾਧੂ ਹੁੰਦੇ ਰੱਬ ਵਰਗੇ, ਕੁੰਡ ਕੱਢ ਕੇ ਖੈਰ ਨਾ ਪਾਈਏ। ਆਪਣਾ ਦੇਵ ਤਰੀਕਿਆਂ ਵਾਲਾ ਅਕਸਰ ਕਹਿੰਦਾ ਹੁੰਦਾ ਕਿ ਅਗਰ ਇਹ ਗੀਤ ਮੈਂ ਨਾ ਸੁਣਦਾ ਤਾਂ ਮੈਂ ਕਦੇ ਗੀਤਕਾਰ ਨਾ ਬਣਦਾ, ਮੈਂ ਕਹਾਣੀਕਾਰ ਹੀ ਰਹਿ ਜਾਂਦਾ। ਸੋ ਇਸ ਤਰ੍ਹਾਂ ਮੇਰਾ ਗੀਤਾਂ ਦਾ ਸਫ਼ਰ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਲਹਿਦਾ ਛੱਲੀਆਂ ਬਣਾ ਲਈ ਦਾਣੇ ਮਿੱਤਰਾਂ ਦੂਰ ਦਿਆ, ਮਿੱਤਰਾਂ ਨੇ ਨਹੀਂ ਚੱਬਣੇ ਤੇਰੇ ਖੁਸ਼ਕ ਮੱਕੀ ਦੇ ਦਾਣੇ, ਜੇ ਮੁੰਡਿਆ ਸਾਡੀ ਤੋਰ ਤੂੰ ਦੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਖ ਖਿੱਲੇ ਮਜਾਜਣ ਜਾਂਦੀ ਦਾ, ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ। ਇਸ ਤਰ੍ਹਾਂ ਬਹੁਤਾ ਹੌਲੀ ਤੋਰ ਮਿੱਤਰਾ ਮੇਰਾ ਨਰਮ ਕਾਲ ਜਿਹਾ ਧੜਕੇ, ਬਹੁਤਾ ਹੌਲੀ ਨਾ ਤੁਰਨ ਮੇਰਾ ਜਾਣੇ ਨਹੀਂ ਕਾਲ ਜੇ ਨੂੰ ਬੈਠ ਫੜ ਕੇ। ਚਾਂਦੀ ਰਾਮ ਦੇ ਬਹੁਤ ਸਾਰੇ ਗੀਤ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ, ਮੈਂ ਸਮਝਦਾ ਕਿ ਪ੍ਰਵਾਸ ਕਰਨ ਵਾਲਿਆਂ ਵਾਸਤੇ ਸਭ ਤੋਂ ਪਹਿਲਾਂ
ਰੋਕਣ ਦੀ ਕੋਸ਼ਿਸ਼ ਮੈਂ ਕੀਤੀ ਵੀ ਸਾਡੇ ਬੱਚੇ ਬਾਹਰ ਨਾ ਜਾਣ ਇਹ ਗੀਤ ਲਿਖ ਕੇ। ਇਸ ਤਰ੍ਹਾਂ ਨਾਲ ਫਿਰ ਮੈਂ ਗੀਤ ਲਿਖਦਾ ਚਲਾ ਗਿਆ ਔਰ ਅੱਗੇ ਵੱਧਦਾ ਚਲਾ ਗਿਆ ਔਰ ਮੇਰੇ ਗੀਤ ਪੰਜਾਬ ਦਾ ਕੀ ਬੰਬੇ ਤੱਕ ਵੀ ਕੋਈ ਵੀ ਆਰਟਿਸਟ ਐਸਾ ਨਹੀਂ ਜਿਹਨੇ ਨਹੀਂ ਗਾਏ। ਮੈਂ ਇਸ ਗੱਲ 'ਤੇ ਵੀ ਥੋੜ੍ਹਾ ਮਹਿਸੂਸ ਕਰਦਾ, ਫਖਰ ਮਹਿਸੂਸ ਕਰਦਾ ਕਿ ਮੇਰੇ ਗੀਤ ਮੁਹੰਮਦ ਰਫੀ, ਆਸ਼ਾ ਭੋਂਸਲੇ, ਸ਼ਮਸ਼ਾਦ ਬੇਗਮ, ਮਨਾ ਡੇ, ਮਤਲਬ ਜਿਹਦਾ ਵੀ ਤੁਸੀਂ ਨਾਂ ਲਵੋ, ਮਹਿੰਦਰ ਕਪੂਰ, ਸਾਰਿਆਂ ਨੇ ਉਹਨਾਂ ਨੇ ਵੀ ਔਰ ਇੱਥੇ ਵੀ ਗੁਰਦਾਸ ਮਾਨ, ਹੰਸਰਾਜ ਹੰਸ, ਉਹਨਾਂ ਤੋਂ ਲੈ ਕੇ ਸੁਰਿੰਦਰ ਛਿੰਦਾ, ਚਾਂਦੀ ਰਾਮ, ਸ਼ਾਂਤੀ ਔਰ ਹੋਰ ਬਹੁਤ ਸਾਰੇ ਜਿੰਨੇ ਵੀ ਗਾਉਣ ਵਾਲੇ ਤਕਰੀਬਨ ਹਨ, ਮੇਰਾ ਖਿਆਲ ਹੈ ਵੀ 100 ਤੋਂ ਉੱਤੇ ਆਵਾਜ਼ਾਂ ਨੇ ਮੇਰੇ ਗੀਤ ਰਿਕਾਰਡ ਕਰਵਾਏ ਨੇ। ਸੁਰਿੰਦਰ ਕੌਰ, ਸੁਰਿੰਦਰ ਕੌਰ ਆਸਾ ਸਿੰਘ ਮਸਤਾਨਾ, ਕਿਹਦਾ ਕਿ ਜਗਜੀਤ ਸਿੰਘ, ਚਿਤਰਾ ਸਿੰਘ ਔਰ ਮੈਂ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਵੀ ਸਟੇਜ 'ਤੇ ਲੈ ਕੇ ਆਇਆ ਜਿਨ੍ਹਾਂ ਦੇ ਵਿੱਚ ਸਿੰਗਰਾਂ ਦੇ ਨਾਂ ਲਏ ਜਾ ਸਕਦੇ ਨੇ। ਚਾਂਦੀ ਰਾਮ ਇੱਕ ਰਕਸ਼ਾ ਪੁੱਲਰ ਸੀ, ਉਹਨੂੰ ਮੈਂ ਉੱਥੋਂ ਫੜ ਕੇ ਇੱਕ ਕਲਾਕਾਰ ਦੇ ਦਰਜੇ ਦੇ ਉੱਤੇ ਪਹੁੰਚਾਉਣ ਦਾ ਯਤਨ ਕੀਤਾ ਔਰ ਉਹ ਬੜਾ ਸਫਲ ਹੋਇਆ। ਜਗਜੀਤ ਸਿੰਘ ਵੀ ਕਾਲਜ ਦੇ ਜ਼ਮਾਨੇ 'ਚ ਪੜ੍ਹਦਾ, ਜਿਹੜੀਆਂ ਗਜ਼ਲਾਂ ਅੱਜ ਕੱਲ੍ਹ ਇੰਨੀਆਂ ਮਸ਼ਹੂਰ ਨੇ, ਇਹਦਾ ਨਾਂ ਹੈ, ਉਹਨੇ ਵੀ ਪਹਿਲਾਂ ਸਭ ਤੋਂ ਮੇਰੇ ਕੋਲ ਭੋਗਲ ਸੰਸ ਇੱਥੇ ਹੈ, ਬਹੁਤ ਵੱਡੀ ਫਰਮ ਹੈ, ਮੈਂ ਉਹਨਾਂ ਦੇ ਬੋਰਡ ਲਿਖਦਾ ਹੁੰਦਾ ਸੀ, ਪੇਂਟਿੰਗ ਦਾ ਕੰਮ ਸੀ ਮੇਰਾ, ਉਹਨਾਂ ਦੇ ਥਰੂ ਸਿਫਾਰਿਸ਼ ਨਾਲ ਮੇਰੇ ਕੋਲ ਆਇਆ ਔਰ ਮੇਰੇ ਤੋਂ ਗੀਤ ਲਏ ਔਰ ਉਹ ਗੀਤ ਜਿਹੜੇ ਅੱਜ ਵੀ ਉਹਦੀ ਸਟੇਜ ਕੰਪਲੀਟ ਨਹੀਂ ਹੁੰਦੀ ਜਦ ਤੱਕ ਉਹ ਗੀਤ ਨਾ ਪੜ੍ਹੇ। ਕੁੜਤੀ ਮਲਮਲ ਦੀ ਢਾਈ ਦਿਨ ਨਾ ਜਵਾਨੀ ਨਾਲ ਚੱਲਦੀ, ਸਾਰੇ ਪਿੰਡ 'ਚ ਪੁਆੜੇ ਪਾਏ ਹਾਏ ਨਹੀਂ ਤੇਰੇ ਗੋਰੇ ਰੰਗ ਨੇ, ਔਰ ਚਿਤਰਾ ਸਿੰਘ ਦਾ ਗੀਤ ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਵੇਖਾਂ, ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਦੇਖਾਂ। ਮੀਮ ਮਜ਼ਹਬ ਦੇ ਦਰਵਾਜ਼ੇ ਉੱਚੇ, ਰਾਹ ਰਬਾਨੀ ਮੋਰੀ ਹੋ, ਮੁੱਲਾਂ ਅਤੇ ਮੁਲਾਣਿਆਂ ਕੋਲੋਂ ਛੁਪ ਛੁਪ ਲੰਘੀਏ ਚੋਰੀ ਹੋ। ਸ਼ਾਇਦ ਹਰੇਕ ਮਜ਼ਹਬ ਸ਼ੁਰੂ ਵਿੱਚ ਆਪਣੀ ਧਰਤੀ ਦੀ ਸੱਚੀ ਸੁੱਚੀ ਇਲਾਹੀ ਸ਼ਾਇਰੀ ਹੀ ਹੁੰਦਾ ਹੈ, ਪਰ ਹੌਲੀ ਹੌਲੀ ਖੁਦਗਰਜ਼ ਲੋਕਾਂ ਦੇ ਹੱਥਾਂ ਵਿੱਚ ਆ ਕੇ ਉਹ ਸ਼ਾਇਰੀ ਤੋਂ ਦੂਰ ਹੋ ਜਾਂਦਾ ਹੈ ਅਤੇ ਸ਼ਾਇਰ ਉਸ ਕੋਲੋਂ ਦੂਰ ਹੋ ਜਾਂਦੇ ਹਨ। ਸੁਲਤਾਨ ਬਾਹੂ ਹੋਵੇ, ਸ਼ਾਹ ਹੁਸੈਨ ਹੋਵੇ, ਬੁੱਲੇ ਸ਼ਾਹ ਹੋਵੇ ਕਿ ਗੁਲਾਮ ਫਰੀਦ, ਇਹ ਦਰਵਾਜ਼ਿਆਂ ਕੋਲੋਂ ਦੂਰ ਹੋ ਕੇ ਦਿਲਾਂ ਦੇ ਕਰੀਬ ਆ ਜਾਂਦੇ ਹਨ। ਇਹ ਦੀਵਾਰਾਂ ਵਾਂਗ ਨਹੀਂ ਬੋਲਦੇ, ਇਹ ਧਰਤੀ ਵਾਂਗ ਬੋਲਦੇ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਸੋਨੇ ਦੀਆਂ
ਢਾਈ ਦਿਨ ਨਾ ਜਵਾਨੀ ਨਾਲ ਚੱਲਦੀ ਉਹ ਢਾਈ ਦਿਨ ਨਾ ਜਵਾਨੀ ਨਾਲ ਚੱਲਦੀ ਕੁੜਤੀ ਮਲਮਲ ਦੀ ਜਵਾਨੀ ਨਾਲ ਚੱਲਦੀ ਉਹ ਢਾਈ ਦਿਨ ਨਾ ਜਵਾਨੀ ਨਾਲ ਚੱਲਦੀ ਕੁੜਤੀ ਮਲਮਲ ਦੀ ਸਾਡੇ ਦਿਲ ਨੂੰ ਲਾਂਬੁਲਾਵੇ ਤੇਰੇ ਹੱਥਾਂ ਦੀ ਮਹਿੰਦੀ ਸਾਡੇ ਦਿਲ ਨੂੰ ਲਾਂਬੁਲਾਵੇ ਤੇਰੇ ਹੱਥਾਂ ਦੀ ਮਹਿੰਦੀ ਨਿੱਤ ਸੁਣ ਕੇ ਦੀ ਨਿੱਤ ਸੁਣ ਕੇ ਦੀ ਲਾਟ ਵਾਂਗੂ ਬਲਦੀ ਸੁਰਤੀ ਮਲਮਲ ਦੀ ਢਾਈ ਦਿਨ ਨਾ ਜਵਾਨੀ ਨਾਲ ਚੱਲਦੀ ਕੁੜਤੀ ਮਲਮਲ ਦੀ
ਇੰਦਰਜੀਤ ਜੀ ਹਸਨਪੁਰੀ, ਉਹਨਾਂ ਬਾਰੇ ਕਵਿਤਾ ਲਿਖ ਕੇ ਲਿਆ ਪੇਸ਼ ਕਰਦਾ। ਵੱਜਿਆ ਨਾ ਹੋਵੇ ਗਾਣਾ ਜਿੱਥੇ ਇੰਦਰਜੀਤ ਦਾ ਕੋਈ, ਵੱਜਿਆ ਨਾ ਹੋਵੇ ਗਾਣਾ ਜਿੱਥੇ ਇੰਦਰਜੀਤ ਦਾ ਕੋਈ, ਸੁਣਿਆ ਜਾਂ ਦੇਖਿਆ ਕਿਸੇ ਨੇ ਅਖਾੜਾ ਨਹੀਂ। ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਂ ਹੋ, ਪਰ ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਇੱਕ ਵਾਰੀ ਨਹੀਂ ਉਹਨੇ ਆਖਿਆ ਹਜ਼ਾਰ ਵਾਰੀ, ਰਹਿਣੀ ਬਹਿਣੀ ਕਿਤੇ ਨਹੀਂ ਪੰਜਾਬ ਵਰਗੀ। ਖੇਤਾਂ ਵੱਲ ਜਾਂਦੀਆਂ ਸਵਾਣੀਆਂ ਦਾ ਵੱਟ ਵੜਾ, ਗੱਭਰੂਆਂ ਦੀ ਟੌਰ ਵੀ ਨਵਾਬ ਵਰਗੀ। ਮਿੱਠੀ ਮਿੱਠੀ ਪੌਣ ਵਗੇ ਪੁਰੇ ਦੀ ਹਵਾ ਵਿੱਚੋਂ, ਮਹਿਕ ਆਵੇ ਨਿੱਤਰੀ ਸ਼ਰਾਬ ਵਰਗੀ। ਪੀਰਾ ਸੂਟ ਪਾ ਕੇ ਤੂੰ ਸਰੋਂ ਦਾ ਫੁੱਲ ਲੱਗੇ, ਗੁਲਾਬੀ ਪਾ ਕੇ ਲੱਗੇ ਨੀ ਗੁਲਾਬ ਵਰਗੀ। ਤੋਲ ਤੋਲ ਲਿਖੇ ਅਤੇ ਤੋਲ ਤੋਲ ਬੋਲੇ ਉਹਨੇ, ਅੱਜ ਤੱਕ ਲਿਖਿਆ ਅੱਖਰ ਕੋਈ ਮਾੜਾ ਨਹੀਂ। ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਂ ਹੋ, ਪਰ ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਪਾਰਖੂ ਦੀ ਅੱਖ ਕੋਲੋਂ ਬਚਦਾ ਨਾ ਕੋਈ ਯਾਰੋ, ਪਛਾਣਨ ਫਰਕ ਉਹ ਕਾਂ ਅਤੇ ਇੱਲ ਦੇ। ਜਦੋਂ ਤੱਕ ਜਿਉਂਦੇ ਰਹਿਣੇ ਤਖ਼ਤ ਹਜ਼ਾਰੇ ਵਾਲੇ, ਹੁੰਦੇ ਰਹਿਣੇ ਸੌਦੇ ਏਦਾਂ ਹੀ ਦਿਲਾਂ ਨਾਲ ਦਿਲ ਦੇ। ਪੱਟ ਚਿਰਵਾਈ ਜਾਣੇ ਜਦੋਂ ਤੱਕ ਆਸ਼ਕਾਂ ਨੇ, ਕੱਚੇ ਘੜੇ ਰਹਿਣੇ ਆ ਚਨਾਵਾਂ ਵਿੱਚ ਠਿੱਲ ਦੇ। ਚਾਂਦੀ ਦੀਆਂ ਗੜਬਿਆਂ ਦਾ ਏਦਾਂ ਹੀ ਜੇ ਜ਼ੋਰ ਰਿਹਾ, ਲੱਕ ਰਹਿਣੇ ਜਾਂਦੀਆਂ ਮਜਾਜਣਾਂ ਦੇ ਹਿੱਲ ਦੇ। ਮੋਹ ਵਿੱਚ ਭਿੱਜੀ ਰਹੀ ਸਦਾ ਹੀ ਕਲਮ ਉਹਦੀ, ਪਿਆਰ ਹੀ ਪਿਆਰ ਉਹਦੇ ਗੀਤਾਂ ਵਿੱਚ ਸਾੜਾ ਨਹੀਂ। ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਂ ਹੋ, ਪਰ ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਮੋਹਿੰਦਰ ਕਪੂਰ ਰਫੀ ਲਤਾ ਨੇ ਵੀ ਗਾਇਆ ਉਹਨੂੰ, ਸੁਰਿੰਦਰ ਪ੍ਰਕਾਸ਼ ਕੌਰ ਬੀਬਾ ਨੇ ਵੀ ਡੰਗਿਆ। ਘਰ ਆਇਆ ਕੋਈ ਉਹਨੇ ਮੋੜਿਆ ਨਾ ਖਾਲੀ ਕਦੇ, ਮਾਣ ਨਾਲ ਭੇਟਾ ਕੀਤਾ ਜੋ ਵੀ ਉਹਨੇ ਮੰਗਿਆ। ਥਰਾਂ ਵਿੱਚ ਤੋਰੀ ਉਹਨੇ ਸੱਸੀ ਸੀ ਭੰਭੋਰ ਵਾਲੀ, ਮਿਰਜ਼ੇ ਦੇ ਤੀਰਾਂ ਨੂੰ ਵੀ ਜੰਡ ਉੱਤੇ ਟੰਗਿਆ। ਇੱਕ ਦੋ ਜਾਂ ਦਸ ਬੀਹਾਂ ਚਾਲੀਆਂ ਦੀ ਗੱਲ ਨਹੀਂ ਹੋ, ਸਾਰਾ ਹੀ ਜਹਾਨ ਉਹਨੇ ਗੀਤਾਂ ਵਿੱਚ ਰੰਗਿਆ। ਜਿਸ ਦਿਨ ਕੋਈ ਨਾ ਗਵੱਈਆ ਘਰ ਆਇਆ ਹੋਵੇ, ਮੇਰੀ ਜਾਚੇ ਹੋਣਾ ਐਸਾ ਕੋਈ ਵੀ ਦਿਹਾੜਾ ਨਹੀਂ। ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਂ ਹੋ, ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਸਾਰੇ ਕਲਾਕਾਰਾਂ ਨਾਲ ਸੋਹਣਾ ਸੀ ਰਸੂਖ ਉਹਦਾ, ਮਹਿਫਲਾਂ ਸਜਾਈਆਂ ਉਹਨੇ ਘਰ 'ਚ ਬੁਲਾ ਕੇ, ਦੇਸ਼ਾਂ ਤੇ ਵਿਦੇਸ਼ਾਂ ਵਿੱਚ ਘੁੰਮਿਆ ਬਥੇਰਾ ਉਹ। ਖਿੜ ਜਾਂਦਾ ਚੇਤੇ ਉਹਦਾ ਸੁਣ ਕੇ ਸੁਣਾ ਕੇ, ਲੋਕ ਕਵੀ ਵਾਲਾ ਜਦੋਂ ਮਿਲਿਆ ਖਿਤਾਬ ਉਹਨੂੰ, ਖੁਸ਼ ਹੋਇਆ ਬੜਾ ਉਹ ਲੋਕਾਂ ਦਾ ਕਹਾ ਕੇ। ਆਪਣੇ ਹੀ ਬਲਬੂਤੇ ਆਪਣੀ ਹੀ ਜੇਬ ਵਿੱਚੋਂ ਫਿਲਮਾਂ ਬਣਾਈਆਂ ਉਹਨੇ ਬੰਬੇ ਵਿੱਚ ਜਾ ਕੇ। ਸਾਰੀ ਹੀ ਉਮਰ ਰਿਹਾ ਵਿਰਸਾ ਸੰਭਾਲਦਾ ਉਹ, ਪੰਜਾਬੀ ਪੜ੍ਹੋ ਲਿਖੋ ਇੰਨਾ ਔਖਾ ਇਹ ਪਹਾੜਾ ਨਹੀਂ। ਗੀਤ ਲਿਖ ਲੈਣਾ ਕੋਈ ਐਡੀ ਵੱਡੀ ਗੱਲ ਨਹੀਂ ਹੋ, ਪਰ ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ। ਆਖਰੀ ਬੰਦਾ ਕਵਿਤਾ ਦਾ, ਗੀਤਕਾਰੀ ਦਾ ਤਾਂ ਉਹਨੇ ਲੋਹਾ ਮਨਵਾਇਆ ਸਾਰੇ, ਗਜ਼ਲ ਵੀ ਜੇ ਲਿਖੀ ਤਾਂ ਫਿਰ ਲਿਖੀ ਸੀ ਕਮਾਲ ਦੀ। ਹੱਥ ਜੇ ਵਧਾਇਆ ਉਹਨੇ ਕਵਿਤਾ ਦੀ ਰਾਣੀ ਵੱਲ, ਲਿਖੀ ਫਿਰ ਇਹ ਕਵਿਤਾ ਤਾਂ ਕਵਿਤਾ ਵੀ ਹਾਲ ਦੀ। ਆਪਾਂ ਵੀ ਸਨਮਾਨ ਕਰਾਉਣਾ ਲਿਖਿਆ ਵਿਅੰਗ ਉਹਨੇ, ਦੇਖੀ ਨਹੀਂ ਉਹ ਸ਼ਾਇਰੀ ਫੇਰ ਕਿਸੇ ਉਹਦੇ ਨਾਲ ਦੀ। ਸਾਰਿਆਂ ਦਾ ਜਾ ਰਹੇ ਹੋ ਸਾਰਿਆਂ ਨਾਲ ਬਹਿਣ ਵਾਲਾ, ਤਾਂਹੀਓ ਸਾਡੀ ਸਾਰਿਆਂ ਦੀ ਅੱਖੋ ਨੂੰ ਪਾਲਦੀ। ਬੁੱਤ ਕਾੜੇ ਬੜੇ ਹੋਏ ਹੋਰ ਹੁੰਦੇ ਰਹਿਣਗੇ, ਇੰਦਰਜੀਤ ਜਿੱਡਾ ਹੋਇਆ ਹੋਰ ਗੀਤ ਕਾੜਾ ਨਹੀਂ। ਜੰਡੂ ਲਿੱਤਰਾਂ ਦਾ ਐਵੇਂ ਕਲਮ ਕਸਾਈ ਜਾਂਦਾ, ਪਰ ਹਸਨਪੁਰੀ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ।